ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਮਸ਼ੀਨ ਵਰਕ ਦੇ ਸਮਰ ਵੀਅਰ ਸੂਟ ਆ ਜਿਹੜੇ ਸ਼ੇਅਰ ਕਰਾਂਗੇ। ਸੋ ਇਹ ਜਿਹੜੇ ਡਿਜ਼ਾਈਨ ਹੈਗੇ ਆ, ਇਹ ਤੁਸੀਂ ਥੋੜ੍ਹਾ ਜਿਹਾ ਸੈਮੀ ਫਾਰਮਲ ਵੀ ਬਣਾ ਸਕਦੇ ਹੋ, ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ। ਜਾਰਜਟ 'ਤੇ ਵੀ ਬਣਾ ਸਕਦੇ ਹੋ ਔਰ ਕਿਸੇ ਵੀ ਕੋਟਨ ਸਟੱਫ 'ਤੇ ਤੁਸੀਂ ਬਣਾ ਸਕਦੇ ਹੋ। ਸੋ ਇਹ ਤੁਹਾਨੂੰ ਸਿਰਫ ਜਿਵੇਂ ਕਲਰ ਤੁਸੀਂ ਚਾਹੁੰਦੇ ਹੈਗੇ ਉਹਦੇ ਤੁਹਾਨੂੰ ਦੱਸਣਾ ਪਵੇਗਾ, ਕਿਉਂਕਿ ਕਿਸੇ ਨਾ ਕਿਸੇ ਕੋਟਨ ਦੇ ਵਿੱਚ ਉਹ ਕਲਰ ਮਿਲ ਹੀ ਜਾਂਦਾ, ਸੇਮ ਮਿਲਣਾ ਥੋੜ੍ਹਾ ਜਿਹਾ ਪੋਸੀਬਲ ਨਹੀਂ ਹੁੰਦਾ। ਸੋ ਤੁਸੀਂ ਮੈਨੂੰ ਕਿਸੇ ਵੀ ਕਲਰ 'ਤੇ ਆਰਡਰ ਕਰ ਸਕਦੇ ਹੋ, ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੇਰਾ ਨੰਬਰ ਹੋਊਗਾ ਜੀ, ਉੱਥੋਂ ਤੁਸੀਂ ਨੰਬਰ ਲੈ ਕੇ ਵਟਸਐਪ 'ਤੇ ਡਿਸਕਸ ਕਰ ਸਕਦੇ ਹੋ। ਸੋ ਇਹ ਜਿਹੜਾ ਹੈਗਾ ਇਹ ਲਾਈਟ ਫਰੋਜ਼ੀ ਕਲਰ ਹੈਗਾ ਜੀ, ਇਹ ਵੀ ਜਿਵੇਂ ਕੋਟਨ ਹੀ ਹੈ, ਥੋੜ੍ਹੀ ਜਿਹੀ ਵਿਜੀਬਲ ਹੈ, ਇਹਦੇ ਵਿਜੀਬਿਲਿਟੀ ਇੰਨੀ ਕੁ ਹੈਗੀ ਆ ਕਿ ਇੰਨਾ ਕੁ ਦਿਖਦਾ ਇਹਦੇ ਵਿੱਚ। ਸੋ ਇਹ ਜਿਹੜਾ ਇਹ ਕਿ ਰਫ ਫਰੰਟ ਹੈਗਾ ਜੀ, ਇਹਨੂੰ ਮੈਂ ਸਿੰਗਲ ਕਰਕੇ ਦਿਖਾਉਣੀ ਆ ਤੁਹਾਨੂੰ। ਸਿੰਗ ਫਰੰਟ ਕੀ ਹੈ, ਔਰਗੈਂਜ਼ਾ ਕੱਟ ਕੇ ਲੱਗਿਆ ਹੋਇਆ ਔਰ ਬਹੁਤ ਹੀ ਪਿਆਰਾ ਜਿਹਾ ਜਿਹੜਾ ਡਿਜ਼ਾਇਨ ਬਣਿਆ ਹੋਇਆ, ਸਿੰਗਲ ਘੇਰੇ 'ਤੇ ਇਹ ਕੰਮ ਹੈਗਾ ਜੀ। ਬਹੁਤ ਹੀ ਸੋਹਣੇ ਸ਼ੇਡ ਲੱਗੇ ਹੋਏ ਆ ਔਰ ਇਹਦੇ ਬੈਕ ਘੇਰਾ ਵੀ ਸੇਮ ਹੈ, ਸੇਮ ਬੈਕ 'ਤੇ ਆ। ਔਰ ਜਿਹੜਾ ਬਾਜੂ ਹੈਗਾ ਇਹ ਜੋ ਬਿਲਕੁਲ ਸਿੰਪਲ ਦਿੱਤਾ ਹੋਇਆ ਬਾਜੂ, ਤੁਸੀਂ ਕਿਵੇਂ ਵੀ ਅੰਬਰੇਲਾ ਸ਼ੇਪ ਦੇ, ਜਿਵੇਂ ਹੁਣ ਥੋੜ੍ਹਾ ਜਿਹਾ ਟ੍ਰੈਂਡ ਚੱਲ ਰਿਹਾ ਕਿ ਬਾਜੂਆਂ ਦੇ ਡਿਜ਼ਾਇਨ ਆ ਜਿਹੜੇ ਅਲੱਗ ਅਲੱਗ ਬਣ ਰਹੇ ਆ, ਸੋ ਤੁਸੀਂ ਇਹਨੂੰ ਥੋੜ੍ਹਾ ਜਿਹਾ ਅੰਬਰੇਲਾ ਸ਼ੇਪ ਵੀ ਦੇ ਸਕਦੇ ਹੋ। ਔਰ ਇਹਦੀ ਜਿਹੜੀ ਔਰ ਇਹਦਾ ਜਿਹੜਾ ਗਲਾ ਹੈਗਾ, ਗਲੇ 'ਤੇ ਵੀ ਐਵੇਂ ਬਣਿਆ ਹੋਇਆ ਜੀ, ਫਲੋਰਲ ਡਿਜ਼ਾਇਨ ਹੈ ਉੱਪਰ, ਸੇਮ ਥਰੈਡ ਦਾ ਵਰਕ ਹੈਗਾ, ਵਿੱਚ ਥੋੜ੍ਹੇ ਜਿਹੇ ਕਲਰਫੁੱਲ ਡਿਜ਼ਾਇਨ ਹੈਗੇ ਆ ਔਰ ਨੀਚੇ ਘੇਰਾ ਹੈਗਾ ਜੀ। ਇਹ ਡਿਜ਼ਾਇਨ ਆ ਜਿਹੜਾ ਬਿਲਕੁਲ ਹਟ ਕੇ ਹੈ, ਸੋ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਬੀਨੇਸ਼ਨ 'ਤੇ ਬਣਾ ਸਕਦੇ ਹੋ। ਸੋ ਇਹਦੇ ਨਾਲ ਆ ਜਿਹੜਾ ਤੁਸੀਂ ਸਲਵਾਰ ਜਾਂ ਸਲਵਾਰ ਦਾ ਡਿਜ਼ਾਇਨ ਹੈਗਾ ਜਾਂ ਸਲਵਾਰ 'ਤੇ ਬਣਾ ਸਕਦੇ ਹੋ ਜੀ, ਪਲਾਜ਼ੋ ਵੀ ਬਣਾ ਸਕਦੇ ਹੋ। ਸੋ ਸਲਵਾਰ 'ਤੇ ਇਹ ਡਿਜ਼ਾਇਨ ਆਉਂਦਾ ਔਰ ਨੀਚੇ ਜਿਹੜਾ ਕੱਟਵਰਕ ਦਿੱਤਾ ਹੋਇਆ, ਔਰ ਇਹਦੀ ਤੁਸੀਂ ਸਟਰੇਟ ਸਲਵਾਰ ਵੀ ਬਣਾ ਸਕਦੇ ਹੋ ਜਿਵੇਂ ਅੱਜ ਕੱਲ੍ਹ ਚੱਲ ਰਿਹਾ ਹੈਗਾ। ਔਰ ਜਿਹੜੇ ਇਹ ਡਿਜ਼ਾਇਨ ਇਹ ਸੂਟਸ ਹੈਗੇ ਆਲਰੇਡੀ ਜਿਹੜੇ ਹੈਗੇ ਬਣੇ ਹੋਏ ਆ, ਰੈਡੀ ਹੈ ਜੀ, ਤੁਹਾਨੂੰ ਪਹਿਲਾਂ ਵੀ ਸ਼ੇਅਰ ਕੀਤੇ ਹੋਏ ਆ। ਇਹ ਵੀ ਕੋਟਨ ਹੀ ਹੈਗੀ ਹੈ, ਕੋਟਨ ਥੋੜ੍ਹੀ ਜਿਹੀ ਸ਼ਾਈਨ ਵਾਲੀ ਕੋਟਨ ਹੈਗੀ ਹੈ ਇਹ, ਔਰ ਇਹ ਵੈਸੇ ਤਾਂ ਸਮਰ 'ਚ ਵੀਅਰ ਹੁੰਦੀ ਹੈ ਇਹ, ਔਰ ਇਹਦੇ ਵਿੱਚ ਪਿੰਟੈਕਸ ਦੇ ਕੇ ਅਸੀਂ ਵੇਲਸ ਅਤੇ ਉਹ ਸਾਈਡਸ 'ਤੇ ਜਿਹੜੇ ਚਾਵਲ ਟਾਂਕਾ ਦਿੱਤਾ ਹੋਇਆ। ਸੋ ਇਹ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇਹ ਰੈਡੀ ਹੈਗੀ ਆ ਪੀਸ। ਸੋ ਅਸੀਂ ਅਲੱਗ ਅਲੱਗ ਜਿਹੜੇ ਕਲਰਸ 'ਤੇ ਇਹਨਾਂ ਨੂੰ ਬਣਾ ਰਹੇ ਹੈਗੇ ਆ। ਸੋ ਇਹ ਵੀ ਕ੍ਰੀਮੀ ਸ਼ੇਡ ਆ ਜੀ, ਇਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਹੋਇਆ, ਔਰ ਜਿਹੜੇ ਨਵੇਂ ਵਿਊਵਰਸ ਜੁੜੇ ਹੈਗੇ ਉਹਨਾਂ ਲਈ ਮੈਂ ਦੁਬਾਰਾ ਦਿਖਾ ਰਹੀ ਹਾਂ। ਸੋ ਇਹ ਕ੍ਰੀਮੀ ਸ਼ੇਡ ਹੈ, ਇਹ ਵੀ ਸੋਫਟ ਕੋਟਨ ਹੈ ਜੀ, ਔਰ ਇਹਦੇ ਨਾਲ ਕੋਟਾ ਟੂਰੀ ਆ ਦੁਪੱਟਾ ਵਿਦ ਵਰਕ ਹੈਗਾ, ਬੂਟੀ ਹੈ ਸਾਰੇ ਦੁਪੱਟੇ ਦੇ ਵਿੱਚ, ਸਾਈਡਸ 'ਤੇ ਕੱਟ ਵਰਕ ਦਿੱਤਾ ਹੋਇਆ। ਸੋ ਜਿਹੜੀ ਇਹ ਡਿਜ਼ਾਇਨ ਹੈਗੀ ਹੈ ਜੀ, ਇਹ ਕੋਟਨ ਦੇ ਡਿਜ਼ਾਇਨ ਹੈ ਔਰ ਸਮਰਸ ਦੇ ਲਈ ਬਿਲਕੁਲ ਨਿਊ ਡਿਜ਼ਾਇਨ ਹੈਗੇ ਆ। ਤੁਸੀਂ ਕਿਸੇ ਵੀ ਸੂਟ 'ਤੇ ਇਹਨੂੰ ਆਰਡਰ ਕਰ ਸਕਦੇ ਹੋ, ਕਿਸੇ ਵੀ ਕਲਰ 'ਤੇ ਆਰਡਰ ਕਰ ਸਕਦੇ ਹੋ। ਦੁਪੱਟਾ ਤੁਸੀਂ ਲੈਣਾ ਚਾਹੋ ਲੈ ਸਕਦੇ ਹੋ, ਨਹੀਂ ਲੈਣਾ ਚਾਹੁੰਦੇ ਹੋ ਨਹੀਂ ਲੈ ਸਕਦੇ, ਤੁਸੀਂ ਤੁਹਾਡੀ ਆਪਣੀ ਚੋਇਸ ਹੈ ਇਹ ਕਿ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਨਹੀਂ। ਸੋ ਕੋਟਾ ਡੋਰੀ ਹੈ, ਚਨੋਣ ਆ, ਸਭ ਦੇ ਨਾਲ ਅਲੱਗ ਅਲੱਗ ਰੇਂਜ ਹੋ ਜਾਂਦੀ ਆ, ਕੋਟਨ ਦੇ ਸਟੱਫ ਦੀ ਵੀ ਸਭ ਸਾਰੀ ਅਲੱਗ ਅਲੱਗ ਰੇਂਜ ਹੈ, ਜਾਰਜਟ ਦੀ ਅਲੱਗ ਰੇਂਜ ਹੈ। ਸੋ ਇਹ ਸਾਰਾ ਕੁਛ ਡਿਸਕਸ ਕਰਨ ਲਈ ਤੁਸੀਂ ਮੇਰੇ ਨਾਲ ਵਟਸਐਪ ਨੰਬਰ 'ਤੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੋਊਗਾ, ਔਰ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ, ਆਰਡਰ ਕਰ ਸਕਦੇ ਹੋ। ਆਰਡਰ ਕਰਕੇ ਪੇਮੈਂਟ ਕਰਦੇ ਹੋ ਤਾਂ ਸਕਰੀਨਸ਼ੋਟ ਜ਼ਰੂਰ ਭੇਜਿਆ ਕਰੋ ਜੀ, ਔਰ ਜਦੋਂ ਤੁਹਾਨੂੰ ਬਹੁਤ ਸਾਰੇ ਜਿਵੇਂ ਮੈਂ ਪਾਰਸਲ ਆ ਜਿਹੜੇ ਕੋਰੀਅਰ ਕਰ ਚੁੱਕੀ ਹਾਂ, ਸੋ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੂੰਗੀ ਕਿ ਜਿਹਨੂੰ ਵੀ ਮਿਲ ਰਿਹਾ ਉਹ ਆਪਣਾ ਫੀਡਬੈਕ ਵੀ ਜ਼ਰੂਰ ਦੇਵੇ ਔਰ ਮੈਨੂੰ ਜ਼ਰੂਰ ਦੱਸੇ ਕਿ ਹਾਂਜੀ ਪਾਰਸਲ ਸਾਨੂੰ ਮਿਲ ਗਿਆ ਔਰ ਸੂਟ ਕਿਵੇਂ ਦੇ ਲੱਗੇ ਤੁਹਾਨੂੰ। ਸੋ ਇਸੇ ਤਰ੍ਹਾਂ ਨਵੇਂ ਨਵੇਂ ਡਿਜ਼ਾਈਨ ਆ ਜਿਹੜੇ ਮੈਂ ਤੁਹਾਡੇ ਨਾਲ ਅੱਗੇ ਸ਼ੇਅਰ ਕਰੂੰਗੀ, ਔਰ ਮੇਰੀ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ। ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ, ਲਾਈਕ ਕਰੋ। ਸੋ ਬਣੇ ਰਹੋ ਮੇਰੇ ਚੈਨਲ ਵੀ ਸਟਾਈਲਿਸ਼ 'ਤੇ। ਥੈਂਕ ਯੂ ਸੋ ਮੱਚ।